ਦਾ ਬਹੁਤ ਸੱਚਾ ਦਰਬਾਰ ਬੰਦਾ ਯਾਰਵੀਰ ਜੀ ਦੀ ਮੇਰੇ ਵੀਰ ਰਾਮਪਾਲ ਸਿੰਘ ਜੀ ਭਾਈ ਉਹਨਾਂ ਦਾ ਚੈਨਲ ਆ ਇਹ ਸਾਰਾ ਪ੍ਰੋਗਰਾਮ ਤੁਸੀਂ ਘਰੇ ਬਹਿ ਕੇ ਵੀ ਦੇਖ ਸਕਦੇ ਹੋ ਕਿਉਂਕਿ ਥੋੜ੍ਹੀ ਦੇਰ ਬਾਅਦ ਇਹ ਪ੍ਰੋਗਰਾਮ ਆਪਾਂ ਲਾਈਵ ਕਰ ਦੇਣਾ ਕਿਉਂਕਿ ਮੇਰੇ ਵੀਰ ਬਹੁਤ ਸਾਰੇ ਕੋਈ ਅਮਰੀਕਾ ਚ ਕੋਈ ਇੰਗਲੈਂਡ ਸਾਰੇ ਬੈਠੇ ਨੇ ਸੋ ਸਾਰੇ ਵੀਰਾਂ ਨੂੰ ਮੈਸੇਜ ਭੇਜ ਦਿਓ ਕਿ ਰਾਮਪਾਲ ਸਿੰਘ ਬਾਈ ਦਾ ਚੈਨਲ ਖੋਲ ਲਓ ਉਹ ਜਿੱਥੇ ਵੀ ਬੈਠੇ ਨੇ ਗੁੱਬਾ ਯਾਰਵੀਰ ਜੀ ਦੀ ਕਿਰਪਾ ਦੇ ਨਾਲ ਆਪਾਂ ਸਾਰਾ ਪ੍ਰੋਗਰਾਮ ਇਹ ਲਾਈਵ ਕਰ ਦੇਣਾ ਤੇ ਮੇਰਾ ਵੀਰ ਰਾਮ ਸਿੰਘ ਜੀ ਰਾਮਪਾਲ ਸਿੰਘ ਜੀ ਬਾਈ ਹਰ ਸਾਲ ਇਹ ਪ੍ਰੋਗਰਾਮ ਲਾਈਵ ਕਰਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨੇ ਸੇਵਾ ਹੀ ਕਰਦੇ ਨੇ ਤੁਹਾਨੂੰ ਪਤਾ ਵੀ ਲਾਈਵ ਪ੍ਰੋਗਰਾਮ ਕਰਨ ਦੇ ਵਿੱਚ 3-4 ਹਜ਼ਾਰ ਰੁਪਇਆ ਲੱਗ ਜਾਂਦਾ ਜੇ ਆਪਾਂ ਲਾਈਵ ਕਰਨਾ ਹੋਵੇ ਪਰ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਜਿਹੜੇ ਸੇਵਾ ਹੀ ਕਰਦੇ ਨੇ ਕਿ ਸਾਰੇ ਪ੍ਰੋਗਰਾਮ ਨੂੰ ਆਪਣੇ ਕੈਮਰੇ ਦੇ ਵਿੱਚ ਪਰੋ ਕੇ ਤੇ ਜਿੰਨੇ ਵੀ ਮੇਰੇ ਵੀਰ ਦੁਕਾਨਾਂ ਵਾਲੇ ਨੇ ਉਹ ਸਾਰਿਆਂ ਦੀਆਂ ਦੁਕਾਨਾਂ ਸਜੀਆਂ ਸਜਾਈਆਂ ਏਦਾਂ ਹੀ ਅਮਰੀਕਾ ਇੰਗਲੈਂਡ ਸਾਰੇ ਦੇਸ਼ਾਂ ਦੇ ਵਿੱਚ ਉਹ ਦਿਖਾਈਆਂ ਜਾਣਗੀਆਂ ਧੰਨਵਾਦ ਕਰਦਾ ਮੈਂ ਮੇਰੇ ਵੀਰ ਜਿੰਨੇ ਵੀ ਦੁਕਾਨਦਾਰ ਨੇ ਇਹ ਹਰ ਸਾਲ ਹਾਜ਼ਰੀਆਂ ਲਵਾਉਣ ਆਉਂਦੇ ਨੇ ਜਿਵੇਂ ਕਿ ਮੇਰੇ ਪਿੱਛੇ ਜਲੇਬੀਆਂ ਦੀ ਦੁਕਾਨ ਪਕੌੜੇ ਦੀ ਲੱਗੀ ਆ ਤੇ ਬਾਈ ਘਲਾਰ ਵਾਲੇ ਨੇ ਸੱਗੂ ਪੈਸ ਵਾਲੇ ਜਿਹੜੇ ਹਰ ਸਾਲ ਇਸੇ ਜਗ੍ਹਾ ਤੇ ਆ ਕੇ ਦੁਕਾਨ ਲਾਉਂਦੇ ਨੇ ਤੇ ਦੂਜੇ ਪਾਸੇ ਮੇਰੇ ਵੀਰ ਮੰਨਾ ਸਵੀਟ ਸ਼ੋਪ ਮੰਨਾ ਡੀਜੇ ਜਿਹੜੀ ਸਾਊਂਡ ਆ ਸਭ ਉਹਨਾਂ ਦੀ ਚੱਲਦੀ ਆ ਉਹਨਾਂ ਨੇ ਜਲੇਬੀਆਂ ਦੀ ਪਕੌੜੇ ਦੀ ਦੁਕਾਨ ਵੀ ਆ ਤੇ ਨਾਲ ਆ ਸਾਊਂਡ ਆ ਜਿਹੜਾ ਸਾਰੀ ਉਹਨਾਂ ਦੀ ਬਹੁਤ ਵਧੀਆ ਸਾਊਂਡ ਆ ਇਹਨਾਂ ਦੀ ਆ ਜਿਹੜੀ ਸਾਡੀ ਸਿੱਕੀ ਦੀ ਆਵਾਜ਼ ਦੂਰ ਤੱਕ ਪਹੁੰਚਾਉਂਦੇ ਨੇ ਇਹ ਮੰਨਾ ਡੀਜੇ ਵਾਲੇ ਮੰਨਾ ਸਵੀਟ ਸ਼ੋਪ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੇਰੇ ਵੀਰ ਕਿੱਟੀ ਪੈਲਸ ਵਾਲੇ ਉਹ ਵੀ ਹਰ ਸਾਲ ਆ ਕੇ ਦੁਕਾਨ ਲਾਉਂਦੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਤੇ ਹੋਰ ਪੂਰੀ ਗ੍ਰਾਮ ਪੰਚਾਇਤ ਦਿਲ ਬਣਾਉਣਾ ਤੇ ਸਾਡੇ ਕਿੱਟੀ ਪੰਚ ਸਾਹਿਬ ਇਹਨਾਂ ਦਾ ਵੀ ਧੰਨਵਾਦ ਕਰਦਾ ਜੇ ਕੱਲ ਤੋਂ ਲਾਈਟਾਂ ਵੀ ਲਾਉਣੇ ਫਿਰਦੇ ਨੇ ਤੇ ਮੇਲੇ ਦੀਆਂ ਤਿਆਰੀਆਂ ਤੇ ਪੰਜ ਬਹਾਦਰ ਸਿੰਘ ਜੀ ਤੇ ਹੋਰ ਵੀ ਮੇਰੇ ਵੀਰ ਪੂਰੀ ਗ੍ਰਾਮ ਪੰਚਾਇਤ ਲੱਲ ਕਲਾਂ ਤੇ ਪੰਚਾਇਤ ਤੱਕ ਪੋਸਟਾ ਪਹੁੰਚ ਚੁੱਕੇ ਨੇ ਬਾਕੀ ਪਹੁੰਚਣ ਵਾਲੇ ਨੇ ਸੋ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਇਹ ਮੇਲਾ ਜਿਹੜਾ ਹਰ ਸਾਲ ਲੱਗਦਾ ਬੁੱਢਾ ਯਾਰਵੀਰ ਜੀ ਦੇ ਸਥਾਨ ਤੇ ਲੋਕ ਮਿੱਟੀ ਕੱਢ ਕੇ ਅਰਦਾਸਾਂ ਬੇਨਤੀਆਂ ਕਰਦੇ ਨੇ ਤੇ ਉਹ ਜਗ੍ਹਾ ਲੱਲਾ ਪਿੰਡ ਵਿੱਚ ਲੱਗਿਆ ਮੇਲਾ ਸਾਰੇ ਲੋਕੀ ਆਉਂਦੇ ਕੋਈ ਦੁੱਧ ਮੰਗਦਾ ਕੋਈ ਸੁੱਤ ਮੰਗਦਾ ਸਭ ਮੰਗੀਆਂ ਬਰਾਤਾਂ ਪਾਉਂਦੇ ਆ ਜਿਹੜੇ ਦੁੱਧ ਦੇ ਲੰਗਰ ਲੱਗੇ ਹੋਏ ਨੇ ਇਹ ਕੋਈ ਮੁੱਲ ਲੈ ਕੇ ਨਹੀਂ ਲੱਗੇ ਇਹ ਸਾਰੇ ਆ ਕੇ ਮੱਥਾ ਟੇਕਦੇ ਨੇ ਸੱਚੇ ਪਾਤਸ਼ਾਹ ਸਾਡੇ ਘਰ ਦੋਧੀ ਘਾਟ ਨਾ ਰਹੇ ਅੱਜ ਦੇਖ ਲਓ ਚਾਰੇ ਪਾਸੇ ਦੋਧੀ ਦੁੱਧ ਹੋਇਆ ਪਿਆ ਦੁੱਧ ਦੇ ਲੰਗਰ ਚੱਲ ਰਹੇ ਨੇ ਤੇ ਸਾਰੀਆਂ ਸੰਗਤਾਂ ਪਰਮਾਤਮਾ ਸਿੰਘ ਜੀ ਬਾਜ਼ਾਰ ਤੇ ਭੇਜ ਰਹੇ ਨੇ ਮੇਰੇ ਵੀਰ ਮੇਰੇ ਦਾ ਬਹੁਤ ਬਹੁਤ ਸੇਵਾ ਕਰਦੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰ ਸਾਲ ਇਸੇ ਜਗ੍ਹਾ ਤੇ ਇਹੀ ਮੇਰੇ ਨਾਲ ਵੀਰ ਸੇਵਾ ਨਿਭਾਉਂਦੇ ਨੇ ਤੇ ਸਪੈਸ਼ਲ ਇਨਾਮ ਦੇ ਰਹੇ ਨੇ ਮੈਨੂੰ ਪਰਮਾਤਮਾ ਸਿੰਘ ਜੀ ਪਿੰਡ ਲੈਲ ਕਲਾਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਭਾਈ ਮੇਲਾ ਵੀ ਦੇਖੋ ਸੋ ਸਾਰੇ ਵੀਰ ਮੇਰੇ ਵੀਰ ਜੀ ਬਹੁਤ ਬਹੁਤ ਸੇਵਾ ਕਰ ਰਹੇ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਮੇਰੇ ਭੈਣ ਜੀ ਬਹੁਤ ਬਹੁਤ ਸਵਾਈਆਂ ਦਾ ਮਾਣ ਕਰਦੇ ਨੇ ਪਰਮਾਤਮਾ ਜੀ ਤੋਂ ਪੂਰੇ ਰਾਜ ਚੌਂਕੇ ਚੰਗੀ ਰੱਖੇ ਮੇਰੀ ਭੈਣ ਜੀ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਹੜੇ ਸਵਾਈਆਂ ਦਾ ਮਾਣ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਪਿੱਛੇ ਤੁਹਾਨੂੰ ਵੀ ਸਿਰਨੇਵਾ ਕਰਨਾ ਪਵੇ ਤੇ ਸਾਨੂੰ ਵੀ ਕਰਨਾ ਪਵੇ ਵੀ ਸਾਡੇ ਪਿੰਡ ਦੇ ਮੇਲੇ ਤੇ ਆਹ ਗੱਲ ਹੋ ਗਈ। ਤੇ ਮੈਂ ਵੀਰਾਂ ਨੂੰ ਵੀ ਬੇਨਤੀ ਕਰਦਾ ਤੇ ਕਾਰਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ, ਮੋਟਰਸਾਈਕਲ ਵਾਲਿਆਂ ਨੂੰ ਜਿਹੜੇ ਵੀ ਆਉਂਦੇ ਨੇ ਉਹ ਆਪਣੀਆਂ ਗੱਡੀਆਂ ਭਾਈ ਹਰਜੀਤ ਸਿੰਘ ਕਿਰਪਾ ਨਾਲ ਉਹਨੇ ਦਿੱਤੀਆਂ ਨੇ ਪਿਆਰ ਤੇ ਸਤਿਕਾਰ ਦੇ ਭਾਈ ਸਾਹਿਬ ਦੇ ਨਾਲ ਆਪਾਂ ਰਾਹ ਵੀ ਬੰਦ ਕਰਨਾ ਤੇ ਢੋਲ ਵਾਲੇ ਵੀਰਾਂ ਨੂੰ ਵੀ ਬੇਨਤ ਕਰਦਾ ਬਹੁਤ ਵਧੀਆ ਇੱਥੇ ਆ ਕੇ ਢੋਲ ਦੇ ਡੱਗੇ ਲਾਉਂਦੇ ਨੇ ਤੇ ਬੱਬਾ ਯਾਰ ਵੀਰ ਜੀ ਦੇ ਭਗਤ ਨੇ ਤੇ ਸਾਰੇ ਭਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬੱਬਾ ਸਾਹਿਬ ਜੀ ਕੀ ਜਿਹੜੇ ਭਗਤ ਜੀ ਨੇ ਪਿੰਟੂ ਜੀ ਅਤੇ ਹੋਰ ਉਹਨਾਂ ਦੇ ਪੋਤਰੇ ਦੋਤਰੇ ਕਿਉਂਦੇ ਇਹ ਖਾਨਦਾਨ ਇੱਥੇ ਸਭ ਦਾ ਹੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਹੋਰ ਵੀ ਦੁਕਾਨਦਾਰ ਵੀਰ ਮੇਰੇ ਬਹੁਤ ਤੁਹਾਨੂੰ ਆ ਜਾਓ ਅੱਗੇ ਵੀ ਮੇਲਾ ਦਿਖਾਉਣੇ ਆ। ਸਵੇਰ ਦਾ ਟਾਈਮ ਆ, ਦੇਖੋ ਕਿੰਨੀਆਂ ਸੰਗਤਾਂ ਆਈਆਂ। ਇਹ ਬਾਈ ਮੰਨਾ ਡੀਜੇ ਵਾਲੇ, ਇਹਨਾਂ ਦਾ ਨਾਲ ਮਠਿਆਈ ਦਾ ਵੀ ਕੰਮ ਆ। ਦੇਖੋ ਬਾਈ ਦੀਆਂ ਜਲੇਬੀਆਂ, ਵਧੀਆ ਪਕੌੜੇ ਸਭ ਤਿਆਰ ਆ ਜੀ। ਤੇ ਦੇਖੋ ਸਾਰੇ ਇੱਥੇ ਪਹੁੰਚ ਚੁੱਕੇ ਨੇ ਤੇ ਇੱਧਰ ਬੀਬੀਆਂ ਸਾਰੀਆਂ ਦੁਕਾਨਾਂ ਤੋਂ ਜਿੱਥੋਂ ਪ੍ਰਸ਼ਾਦ ਮਿਲਦਾ ਆਓ ਜੀ, ਉਹ ਵੀ ਦਿਖਾਉਣੇ ਆਪਾਂ। ਸਾਡੇ ਵੀਰ ਜੀ ਕਬੱਡੀ ਪਲੇਅਰ ਵੀ ਨੇ ਜਿਹਨਾਂ ਦਾ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਥੇ ਵੀ ਨਾਂ ਸੁਣਿਆ, ਇਹ ਵੀ ਮੇਲੇ ਤੇ ਪਹੁੰਚ ਚੁੱਕੇ ਨੇ ਹਰ ਸਾਲ। ਇਹ ਵੀ ਬਹੁਤ ਸੇਵਾ ਕਰਦੇ ਨੇ, ਅਸੀਂ ਇਹਨਾਂ ਨੂੰ ਵੀ ਧੰਨਵਾਦੀ ਆ ਜਿਹੜੇ ਇਸ ਮੇਲੇ ਨੂੰ ਚਾਰ ਚੰਨ ਲਾਉਂਦੇ ਨੇ। ਹੋਰ ਵੀ ਮੇਰੇ ਵੀਰ ਜੀ ਇਹ ਵੀ ਬਾਹਰੋਂ ਆਏ ਨੇ। ਕੀ ਨਾਮ ਬਾਈ ਜੀ ਤੁਹਾਡਾ? ਕਿਹੜਾ ਪਿੰਡ ਹੈ ਜੀ? ਇਹ ਵੀਰ ਜੀ ਬਿਜਲੀਪੁਰ ਦੇ ਨੇ ਜੀ, ਉੱਤਮਜੀਤ ਸਿੰਘ ਜੀ ਅਮੈਰੀਕਾ ਤੋਂ ਆਏ ਨੇ ਜੀ ਮੇਲਾ ਦੇਖਣ। ਇਹ ਉਹ ਜਗ੍ਹਾ ਜਿੱਥੇ ਸੁੱਖਾਂ ਬਾਹਰ ਆਉਂਦੀਆਂ ਨੇ ਤੇ ਅੰਦਰ ਅਮੈਰੀਕਾ ਤੋਂ, ਅਮਰੀਕਾ, ਇੰਗਲੈਂਡ ਤੋਂ ਸਾਰੇ ਪਾਸਿਓਂ ਆਉਂਦੇ ਨੇ ਜੀ ਮੱਥਾ ਟੇਕਣ। ਬੜਾ ਬੜਾ ਧੰਨਵਾਦ ਕਰਦੇ ਹਾਂ ਬਾਈ ਜੀ ਤੁਹਾਡਾ। ਤੇ ਬਾਈ ਜੀ ਦਿੱਤਾ ਜੀ ਬਿਜਲੀਪੁਰ ਤੋਂ ਜੀ, ਇਹ ਵੀ ਹਰ ਸਾਲ ਆਉਂਦੇ ਨੇ ਆ ਕੇ ਮੱਥਾ ਟੇਕਦੇ ਨੇ। ਆਓ ਜੀ ਤੁਹਾਨੂੰ ਅੱਗੇ ਵੀ ਲੈ ਕੇ ਚੱਲੀਏ। ਇਹ ਸਾਡੇ ਪੰਚ ਸਾਹਿਬ ਨੇ ਜੀ, ਇਹ ਪੰਚਾਇਤ ਦੀ ਛੱਤਰ ਸ਼ਾਹ ਨਾਲੇ ਮੇਲਾ ਲੱਗਦਾ। ਦੇਖੋ ਪੂਰੀ ਡਿਊਟੀ ਨਿਭਾ ਰਹੇ ਨੇ, ਸਵੇਰ ਤੋਂ ਪੂਰੀ ਪੰਚਾਇਤ ਇੱਥੇ ਮੇਲੇ ਦੀਆਂ ਤਿਆਰੀਆਂ ਕਰਾ ਰਹੀ ਆ, ਕਿਸੇ ਚੀਜ਼ ਦੀ ਘਾਟ ਨਹੀਂ। ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਦੇ ਵੀ ਆ ਦੁਕਾਨਾਂ ਵਾਲਿਆਂ ਤੋਂ ਕੋਈ ਰੁਪਈਆ ਨਹੀਂ ਲੈਤਾ, ਸਾਰਾ ਪੈਸਾ ਆਪ ਖਰਚ ਕੇ ਪੰਚਾਇਤ ਇਹ ਕੰਮ ਕਰਦੀ। ਅਸੀਂ ਬਹੁਤ ਧੰਨਵਾਦ ਕਰਦੇ ਜੀ ਗ੍ਰਾਮ ਪੰਚਾਇਤ ਲੱਲ ਕਲਾਂ ਦਾ, ਬੜਾ ਬੜਾ ਧੰਨਵਾਦ ਜੀ ਤੁਹਾਡਾ। ਤੇ ਸਾਡੇ ਕਿੱਟੀ ਪੈਲਸ ਵਾਲੇ ਮੇਰੇ ਵੀਰ ਬਲਵਿੰਦਰ ਸਿੰਘ ਜੀ ਤੇ ਪਿੰਡ ਦੀ ਦੁਕਾਨ ਆ ਮੇਰੇ ਭਰੀਜੇ, ਦੇਖੋ ਕਿੰਨੇ ਵਧੀਆ ਪਕੌੜੇ ਜਲੇਬੀਆਂ ਤੇ ਸਾਰਾ ਕੁਝ ਸਾਫ਼ ਤੇ ਸ਼ੁੱਧ ਬਣਾਉਂਦੇ ਨੇ। ਹਰ ਸਾਲ ਲੰਗਰ ਲਾਉਂਦੇ ਨੇ, ਇਹ ਜਿੰਨਾ ਮਰਜ਼ੀ ਛਕੋ ਜੀ ਪੈਸੇ ਦੇ ਕੇ, ਬਹੁਤ ਵਧੀਆ ਚੀਜ਼ਾਂ ਨੇ। ਪੰਜਾਬੀ ਖਾਣਾ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਇਹਨਾਂ ਦਾ ਬਹੁਤ ਵਧੀਆ ਪ੍ਰੋਗਰਾਮ ਆ। ਇਹ ਕਿੱਟੀ ਪੈਲਸ ਵਾਲੇ ਨੇ ਨੀਲੋ ਦੇ ਪੁਲ ਦੇ ਮਸ਼ਹੂਰ ਨੇ, ਬਲਵਿੰਦਰ ਸਿੰਘ ਜੀ ਹਲਵਾਈ ਸਾਹਿਬ, ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਇਸ ਮੇਲੇ ਦੇ ਉੱਤੇ ਪਾ ਕੇ ਦੁਕਾਨਾਂ ਲਾਉਂਦੇ ਨੇ, ਚਾਰ ਚੰਦ ਲਾਉਂਦੇ ਨੇ। ਤੇ ਆਓ ਜੀ ਤੁਹਾਨੂੰ ਹੋਰ ਵੀ ਦੁਕਾਨਾਂ ਦਿਖਾਉਂਦੇ ਹਾਂ ਜੀ, ਸਮਾਨ ਲੈਂਦੀ ਨੇ ਆ ਕੇ। ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਜੀ, ਮੇਲਾ ਸ਼ੁਰੂ ਹੋਣਾ।
ਅਸੀਂ ਪਹਿਲਾਂ ਲੈਵ ਤਾਂ ਕਰ ਦਿੰਦੇ ਹਾਂ ਕਿਉਂਕਿ ਧੱਕੇ ਦੇ ਵਿੱਚ ਸਾਨੂੰ ਔਖਾ ਹੋ ਜਾਂਦਾ। ਆ ਜਾਓ ਜੀ ਅੱਗੇ ਆ ਜਾਓ ਜੀ। ਆ ਖਾਲਸਾ ਜੀ, ਬੱਚਿਆਂ ਵਾਲੀਆਂ ਚੀਜ਼ਾਂ ਵੇਚਦੇ ਨੇ ਸਾਡੀਆਂ ਬੀਬੀਆਂ ਭੈਣਾਂ ਸਾਰੀਆਂ ਸਮਾਨ ਖਰੀਦਿਆ, ਨੰਨੇ ਮੁੰਨੇ ਬੱਚੇ ਤੇ ਸਾਰੇ ਆ ਮੇਲੇ ਦਾ ਸ਼ਿਕਾਰ ਨੇ ਜੀ ਇਹ। ਆ ਸਾਰੀਆਂ ਦੁਕਾਨਾਂ ਜਜੀਆਂ, ਇਹ ਮੇਲਾ ਪਿੰਡ ਲਾਲ ਕਲਾਂ ਦਾ, ਤੇ ਸਾਡੀ ਭੈਣ ਹੋਣੀ ਸਾਰੇ ਸਾਡੀਆਂ ਬੀਬੀਆਂ ਭੈਣਾਂ ਸਮਾਨ ਖਰੀਦ ਰਹੀਆਂ ਨੇ, ਮੇਰੇ ਵੀਰ ਜੀ ਦੁਕਾਨਦਾਰ ਸਾਰੇ ਬੈਠੇ ਨੇ ਤੇ ਹਰ ਸਾਲ ਇੱਥੇ ਆਉਂਦੇ ਨੇ ਤੇ 2 ਘੰਟੇ ਬਾਅਦ ਇੱਥੇ ਇੰਨਾ ਇਕੱਠ ਹੋ ਜਾਣਾ ਫਿਰ ਅਸੀਂ ਆ ਨਹੀਂ ਸਕਦੇ, ਇਸ ਕਰਕੇ ਸਾਰਾ ਲੈਬ ਪ੍ਰੋਗਰਾਮ ਅਸੀਂ ਤਾਂ ਹੀ ਪਹਿਲਾਂ ਹੀ ਦਿਖਾ ਰਹੇ ਹਾਂ। ਸੋ ਸਭ ਦਾ ਧੰਨ, ਮੇਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਹਰ ਸਾਲ ਆ ਕੇ ਇੱਥੇ ਦੁਕਾਨਾਂ ਲਾਉਂਦੇ ਨੇ ਪਿੰਡ ਲਲਕਲਾਂ ਦੇ ਵਿੱਚ। ਆ ਜਾਓ ਜੀ, ਆਹ ਦੇਖੋ ਜੀ ਪਰਸਨਲ, ਕਿਉਂਕਿ ਦੁਪਹਿਰੋਂ ਬਾਅਦ ਅਸੀਂ ਫਿਰ ਇਧਰਲੇ ਪਾਸੇ ਬੰਦਿਆਂ ਨੂੰ ਕਹੀਦਾ, ਬੇਨਤੀ ਹੈ ਵੀ ਭਾਈ ਪਰਲੇ ਪਾਸੇ ਮੇਲਾ ਦੇਖੋ, ਕਿਉਂਕਿ ਬੀਬੀਆਂ ਭੈਣਾਂ ਨੇ ਸਾਰਾ ਸਮਾਨ ਖਰੀਦਣਾ ਹੁੰਦਾ, ਇਸੇ ਕਰਕੇ ਅਸੀਂ ਪਹਿਲਾਂ ਹੀ ਸਾਰੀ ਤੁਹਾਨੂੰ ਮੇਲੇ ਦੀ ਪੂਰੀ ਫਿਲਮ ਦਿਖਾ ਰਹੇ ਹਾਂ। ਆ ਸਾਰੇ ਮੇਰੇ ਵੀਰ ਨੰਨੇ ਮੁੰਨੇ ਬੱਚੇ ਸਮਾਨ ਖਰੀਦ ਰਹੇ ਨੇ, ਉਹ ਤਾਂ ਪੀਪ ਨਹੀਂ ਖਰੀਦਣਾ ਆ, ਇਹ ਸਾਰੇ ਬੱਚੇ ਸਮਾਨ ਮੇਰੀਆਂ ਭੈਣਾਂ ਸਾਰੀਆਂ ਸਮਾਨ ਖਰੀਦ ਰਹੀਆਂ ਨੇ, ਤੇ ਮੇਰੇ ਨਾਲ ਕੈਮਰਾਮੈਨ ਰਾਮਪਾਲ ਸਿੰਘ ਜੀ ਭਾਈ, ਇਹ ਸਾਰਾ ਤੁਹਾਨੂੰ ਲੈਬ ਦਿਖਾ ਰਹੇ ਹਾਂ। ਸੋ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਸਾਰੀਆਂ ਸਮਾਨ ਖਰੀਦ ਰਹੀਆਂ ਨੇ, ਆ ਨੰਨੇ ਮੁੰਨੇ ਬੱਚੇ ਦੁਕਾਨਾਂ ਜੱਜੀਆਂ ਹੋਈਆਂ ਨੇ, ਇਹ ਬੜੀ ਦੂਰ ਤੱਕ ਮੇਲਿਆ ਭਾਈ। ਹੋਰ ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਭਾਬੀ ਜੀ, ਇਹ ਵੀ ਸਮਾਨ ਆਪਣੇ ਪੋਤਿਆਂ ਨੂੰ ਲੈ ਕੇ ਆ ਰਹੇ ਨੇ, ਨੋਹਾਂ ਨੂੰ। ਇਹ ਮੇਲਾ ਬਹੁਤ ਜਿਉਂ ਜਿਉਂ ਦਿਨ ਚੜ੍ਹਦਾ ਬਹੁਤ ਧੱਕਾ ਪੈਣਾ ਇੱਥੇ। ਆ ਜਾਓ ਭਾਈ, ਇਹਦੇ ਪਾਸੇ ਵੀ ਆ ਜਾਓ ਜੀ। ਆ ਸਾਰੇ ਦੁਕਾਨਦਾਰ ਵੀਰ ਸਮਾਨ ਲਈ ਬੈਠੇ ਨੇ, ਪਰ ਦਿਨ ਚੜ੍ਹੇ ਇਹ ਮੇਲਾ ਬਹੁਤ ਜ਼ਿਆਦਾ ਭਰ ਜਾਣਾ, ਇਸ ਕਰਕੇ ਤੁਹਾਨੂੰ ਪਹਿਲਾਂ ਹੀ ਦਿਖਾ ਰਹੇ ਹਾਂ। ਆ ਜਾਓ ਜੀ ਅੱਗੇ ਆ ਜਾਓ। ਆ ਮੇਰੇ ਵੀਰ ਸੇਲ ਲਾਈ ਬੈਠੇ ਨੇ, ਤੇ ਹਰ ਸਾਲ ਆਉਣੇ ਬਾਈ ਜੀ, ਹਰ ਸਾਲ ਆਉਣੇ ਤੁਸੀਂ? ਚਲੋ ਵਧੀਆ, ਗੁੱਗਾ ਯਾਰ ਵੀਰ ਕਿਰਪਾ ਕਰੇ। ਆ ਸਮਾਨ ਸਾਰਾ ਲੱਗਿਆ ਹੋਇਆ, ਵੀਰ ਜੀ ਬੈਠੇ ਨੇ ਸੇਲ ਲਾਈ। ਆ ਮੇਰੇ ਵੀਰ ਮਹਿੰਦੀ ਲਾਉਣ ਵਾਲੇ ਬਾਈ ਜੀ ਹੱਥਾਂ ਦੇ, ਥੋੜੀ ਦੇਰ ਬਾਅਦ ਇੱਥੇ ਵੀ ਬਹੁਤ ਜ਼ਿਆਦਾ ਇਕੱਠ ਹੋ ਜਾਣਾ, ਤੇ ਅਜੇ ਮੇਲਾ ਸ਼ੁਰੂ ਹੀ ਹੋਣ ਵਾਲਾ। ਮੇਰੇ ਵੀਰ ਜੀ ਦੁਕਾਨਦਾਰ ਵੀਰ ਸਾਰੇ ਆਪੋ ਆਪਣੀਆਂ ਦੁਕਾਨਾਂ ਸਜਾਈ ਬੈਠੇ ਨੇ, ਸੋ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ। ਇਹ ਦੁਕਾਨਾਂ ਲਾਉਂਦੇ ਨੇ, ਸੋ ਤੁਹਾਨੂੰ ਸਾਰਿਆਂ ਨੂੰ ਬੈਠਿਆਂ ਨੂੰ, ਅਮਰੀਕਾ ਇੰਗਲੈਂਡ ਦੇ ਵਿੱਚ ਵੀ ਬੈਠੇ ਨੂੰ ਅਸੀਂ ਲੈਬ ਦਿਖਾ ਰਹੇ ਹਾਂ। ਸੋ ਜਿਹਨੇ ਜਿਹਨੇ ਮੇਰੇ ਵੀਰਾਂ ਦੇ ਵੀ ਦੇਖ ਲਿਆ, ਉਹਨਾਂ ਦੇ ਵੀ ਰਿਸ਼ਤੇਦਾਰ ਜਾਂ ਕੁਛ ਵੀ ਬਾਹਰ ਬੈਠੇ ਨੇ, ਉਹ ਸਾਰੇ ਲੈਬ ਦੇਖ ਸਕਦੇ ਨੇ, ਤੇ ਸਾਰਾ ਪ੍ਰੋਗਰਾਮ ਰਾਮ ਸਿੰਘ ਬਾਈ ਕਹਿੰਦੇ ਹੋ ਦਿਖਾਇਆ ਜਾ ਰਿਹਾ ਲੈਬ, ਤੇ ਹਰ ਸਾਲ ਦੀ ਤਰ੍ਹਾਂ ਮੇਰੇ ਵੀਰ ਬੱਗਾ ਸਿੰਘ ਜੀ ਇਹ ਵੀ ਸਮਾਨ ਦੀ ਆਪਣੀ ਦੁਕਾਨ ਲਾ ਕੇ ਬੈਠੇ ਨੇ, ਤੇ ਹਰ ਸਾਲ ਆਉਂਦੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਲੱਗੀ ਆ ਜੀ ਦੁਕਾਨ, ਬਸ ਥੋੜ੍ਹੀ ਦੇਰ ਬਾਅਦ ਤਾਂ ਫਿਰ ਧੱਕਾ ਪੈਣ ਲੱਗ ਜਾਣਾ ਇੱਥੇ, ਇਸੇ ਕਰਕੇ ਅਸੀਂ ਪਹਿਲਾਂ ਆ ਗਏ ਜੀ। ਹੋਰ ਧੰਨਵਾਦੀ ਆ ਮੇਰੇ ਦੁਕਾਨਦਾਰ ਵੀਰਾਂ ਦਾ, ਕੋਈ ਕੋਈ ਰੇਹੜੀ ਲਾਈ ਖੜਾ ਕੋਈ। ਆ ਮੇਰੇ ਵੀਰ ਜੀ ਖਹਿਰਿਆਂ ਤੋਂ, ਇਹ ਟਿੱਕੀਆਂ ਦੀ ਦੁਕਾਨ ਹਰ ਸਾਲ ਲਾਉਂਦੇ ਬਾਈ ਜੀ, ਸਤਿ ਸ਼੍ਰੀ ਅਕਾਲ। ਲਾਈ ਜਾਂਦੇ ਹੋ ਟਿੱਕੀਆਂ? ਅਸੀਂ ਬਾਈ ਪਹਿਲਾਂ ਤਾਂ ਹੀ ਆ ਗਏ, ਮੈਂ ਕਿਹਾ ਮੁੜ ਕੇ ਮੇਰੇ ਧੱਕਾ ਪੈ ਜਾਣਾ, ਫਿਰ ਅਸੀਂ ਲੈਬ ਦਿਖਾ ਨਹੀਂ ਸਕਦੇ। ਸੋ ਮੇਰੇ ਵੀਰ ਇੱਧਰ ਚਾਟ ਦੀ ਦੁਕਾਨ ਲਾਈ ਬੜੇ ਬੱਲੇ ਸ਼ੇਰ ਸਿੰਘ ਜੀ। ਆ ਜੀ ਸ਼ੇਰ ਸਿੰਘ, ਦੇਖੋ ਵਧੀਆ ਕੇਲੇ, ਵਧੀਆ ਸਾਰਾ ਕੁਛ। ਮੈਂ ਵੀ ਖੜਾ ਬਾਈ, ਆ ਚੱਲ ਕੋਈ ਨਹੀਂ, ਕਹਿ ਉੱਧਰੋਂ ਲੈ ਲੈ। ਇਹ ਮੇਰੇ ਵੀਰ ਸਾਰੇ ਕੇਲੇ, ਬਹੁਤ ਵਧੀਆ ਚਾਟ ਹੈ ਇਹਨਾਂ ਦੀ, ਤੇ ਹਰ ਸਾਲ ਇਹ ਦੁਕਾਨਾਂ ਲਾਉਂਦੇ ਨੇ, ਸਾਰੇ ਲੋਕ ਆ ਕੇ ਛਕਦੇ ਨੇ। ਇਹ ਤੁਹਾਨੂੰ ਤਾਂ ਹੀ ਅਸੀਂ ਲੈਬ ਦਿਖਾ ਰਹੇ ਹਾਂ, ਤਾਂ ਕਿ ਮੇਰੇ ਵੀਰ, ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਹਾਲਾਤ ਆ, ਇਸ ਕਰਕੇ ਸਾਰੇ ਦੇਖ ਰਹੇ ਨੇ। ਸੋ ਸਾਰਿਆਂ ਨੂੰ ਅਸੀਂ ਇਸੇ ਕਰਕੇ ਲੈਬ ਦਿਖਾ ਰਹੇ ਹਾਂ। ਇਹ ਗੁੱਗਾ ਯਾਰ ਵੀਰ ਜੀ ਦੀ ਜਗ੍ਹਾ, ਗੁੱਗਾ ਮਾੜੀ ਜਿੱਥੇ ਮਿੱਟੀ ਕੱਢਦੇ ਨੇ, ਆਹ ਦੇਖੋ ਜੀ ਹਰ ਸਾਲ ਇੱਥੇ ਮਿੱਟੀ ਕੱਢਦੇ ਨੇ।
ਆ ਬੀਬੀਆਂ ਭੈਣਾਂ ਆ ਕੇ ਮਿੱਟੀ ਕੱਢ ਕੇ ਸੁੱਖਾਂ ਸੁੱਖਦੀਆਂ ਨੇ, ਗੁੱਗੇ ਦੀ ਮਿੱਟੀ ਕੱਢ ਕੇ ਭਾਰ ਉਤਾਰਦੀਆਂ ਨੇ ਗੁੱਗਾ ਯਾਰਵੀਰ ਜੀ ਦੀ ਜਗ੍ਹਾ। ਇੱਥੇ ਵੀ ਮਿੱਟੀ ਕੱਢੀ ਜਾਂਦੀ ਹੈ ਜੀ, ਸਭ ਮੇਰੀਆਂ ਬੀਬੀਆਂ ਭੈਣਾਂ ਇੱਥੇ ਮਿੱਟੀ ਕੱਢ ਕੇ ਭਾਰ ਉਤਾਰਦੀਆਂ ਨੇ, ਗੁੱਗਾ ਯਾਰਵੀਰ ਜੀ ਤੋਂ ਜੋ ਵੀ ਮੰਗਦੇ ਹਾਂ ਆਪਾਂ ਉਹੀ ਮਿਲਦਾ। ਸੋ ਸਾਰਿਆਂ ਨੂੰ ਤਾਂ ਹੀ ਅਸੀਂ ਲੈਬ ਦਿਖਾ ਰਹੇ ਹਾਂ। ਸੋ ਸਾਰਿਆਂ ਨੂੰ ਮੈਂ ਵੀਰਾਂ ਨੂੰ ਵੀ ਬੇਨਤੀ ਕਰਦਾ ਤੇ ਸਤਿਕਾਰ ਦੇ ਨਾਲ ਮੇਲਾ, ਆ ਮੇਰੀਆਂ ਭੈਣਾਂ ਮਿੱਟੀ ਕੱਢਣ ਆ ਰਹੀਆਂ ਨੇ। ਇੱਧਰ ਤੁਹਾਨੂੰ ਪਹਿਲਾਂ ਵੀ ਦਿਖਾ ਰਹੇ ਚੱਕਿਆ ਗੁੱਗਾ ਮਾਰੀ ਜੁੱਤੀ ਪਾਈ ਹੈ ਮੇਰੇ। ਚਲੋ ਜੀ, ਸਾਡੇ ਰਿਸ਼ਤੇ 'ਚ ਪੋਤਾ ਜੀ ਨੇ ਚੰਡੀਗੜ੍ਹ ਤੋਂ, ਪਿੰਡ ਲੱਲਾ ਇਹਨਾਂ ਦਾ, ਅਤੇ ਕੈਪਟਨ ਸਾਹਿਬ ਦੇ ਬੇਟੇ ਹਰ ਸਾਲ ਇਹ ਸੇਵਾ ਕਰਦੇ ਨੇ, ਪਿੰਡ ਛਬੀਲ ਵੀ ਲਾਈ ਹੁੰਦੀ ਆ ਮਿੱਠੇ ਪਾਣੀ ਦੀ, ਅਤੇ ਇੱਥੇ ਵੀ ਸੇਵਾ ਕਰਦੇ ਨੇ, ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਬਹੁਤ ਬਹੁਤ, ਜਿਹੜੇ ਹਰ ਸਾਲ ਜਿਹੜੇ ਆਪਣੀ ਮਿੱਟੀ ਨੂੰ ਨਹੀਂ ਭੁੱਲੇ। ਮੇਰੇ ਵੀਰ ਅਮਰੀਕਾ ਇੰਗਲੈਂਡ ਦੇ ਵਿੱਚ ਬਾਹਰਲੇ ਦੇਸ਼ਾਂ 'ਚ ਬਹੁਤ ਗਏ ਨੇ, ਉਹ ਸਾਰੇ ਹੀ ਉੱਧਰੋਂ ਸਾਨੂੰ ਸੁਨੇਹੇ ਭੇਜਦੇ ਨੇ। ਹੋਰ ਭਾਈ ਕਿਉਂ ਉਧਰ ਹੋ ਜਾਂਦੇ ਨਹੀਂ ਗੁਰੂ ਜੀ।